ਈ ਆਕਾਸ਼ਵਾਣੀ ਜੰਮੂ ਹੈ ਹੁਣ ਤੁਸ ਵਿਜੀਪਾਜ ਕੋਲੋਂ ਖਬਰਾਂ ਸੁਨੋ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੇ ਆਖਿਆ ਜੇ ਸਰਕਾਰ ਬਖ ਬਖ ਪਹਿਲ ਕਦਮੀਆਂ ਦੇ ਰਹੇ ਹਨ ਦਿਵਿਆਂਗ ਲੋਕਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਯਤਨ ਕਰਾਰਤੀ ਹੈ ਉਨ੍ਹਾਂ ਆਖਿਆ ਜੇ ਦਿਵਿਆਂਗ ਲੋਕਾਂ ਕੀ ਮਾਨ ਸਨਮਾਨ ਵਾਲਾ ਜੀਨ ਉਪਲਬਧ ਕਰਵਾਣਾ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਨਵੀਂ ਦਿੱਲੀ 'ਚ ਨੈਸ਼ਨਲ ਫੈਡਰੇਸ਼ਨ ਆਫ ਬਲਾਈਂਡ ਦੇ ਗੋਲਡਨ ਜੁਬਲੀ ਸਮਾਰੋਹ ਕੀ ਸੰਬੋਧਿਤ ਕਰਦੀ ਹੋਈ ਰਾਸ਼ਟਰਪਤੀ ਨੇ ਆਖਿਆ ਜੇ ਦਿਖੀ ਸਕਣੇ 'ਚ ਅਕਸ਼ਮ ਦਿਵੰਗ ਲੋਕਾਂ ਕੀ ਇੱਕ ਬਰਾਬਰ ਦੇ ਮੌਕੇ ਉਚਿਤ ਸਿੱਖਿਆ, ਰੋਜ਼ਗਾਰ ਦੇ ਮੌਕੇ ਤੇ ਇੱਕ ਸੁਰੱਖਿਤ ਤੇ ਬਿਹਤਰ ਜ਼ਿੰਦਗੀ ਉਪਲਬਧ ਕਰਵਾਈ ਜਾਣੀ ਲੋੜ ਚਦੀ ਹੈ। ਇਸ ਮੌਕੇ ਬੋਲਦੀ ਹੋਈ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਕਮ ਦੇ ਕੇਂਦਰੀ ਮੰਤਰੀ ਵੀਰਿੰਦਰ ਕੁਮਾਰੋ ਨੇ ਆਖਿਆ ਜੇ ਦਿਖੀ ਸਕਣੇ ਚ ਅਕਸ਼ਮ ਦਿਵਿਆਂਗ ਲੋਕਾਂ ਲਈ ਸਰਕਾਰੀ ਨੌਕਰੀਆਂ ਚ ਆਰਕਸ਼ਨ ਤ੍ਰਇਅਤਮਾ ਵਧਾਈਏ 4 ਫੀਸਦ ਕਰ ਦਿੱਤਾ ਗਿਆ ਤੇ ਦਿਵਿਆਂਗਤਾ ਸਰਬੰਧੀ ਸ਼੍ਰੇਣੀ ਕੀ ਸੱਤਤਮਾ ਵਧਾਈਏ 21 ਕਰ ਦਿੱਤਾ ਗਿਆ ਰਾਸ਼ਟਰੀ ਜਾਂਚ ਏਜੰਸੀਆਂ ਨੇ ਇਹ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀਆ ਯਾਸੀਨ ਮਲਿਕ 'ਗੀ ਅਦਾਲਤਾਂ 'ਚ ਸਾਮਤਾਂ ਪੇਸ਼ ਕੀਤੇ ਜਾਣੇ ਸਰਬੰਦੀ ਅਦਾਲਤਾਂ ਦੇ ਹੁਕਮਾਂ 'ਚ ਤਰਮੀਮ ਦੀ ਮੰਗ ਕੀ ਲਈਏ ਦਿੱਲੀ ਹਾਈ ਕੋਰਟ ਦਾ ਪਿੱਟ ਠੋਰੀਆ ਹੈ ਧਿਆਨਯੋਗ ਹੈ ਜਿ दिल्ली हाई कोर्ट ਨੇ ਅਤੰਕਵਾਦੀ ਗਤੀਵਿਧੀਆਂ ਲਈ ਰੁਪਿਆ ਪੈਸਾ ਉਪਲਬਧ ਕਰਵਾਉਣ ਦੇ ਮਾਮਲੇ 'ਚ ਯਾਸੀਨ ਮਲਿਕ ਦੀ ਮੌਤ ਦੀ ਸਜ਼ਾ ਸੁਣਾਏ ਜਾਣੀ ਸਰਬੰਦੀ ਐਨਆਈਏ ਦੀ ਅਪੀਲ ਉੱਪਰ ਸੁਣਵਾਈ ਕਰਦੀ ਹੋਈ ਆਪਣੇ ਪਿਛਲੇ ਹੁਕਮ 'ਚ ਆਖਿਆ ਹੈ ਜਿ ਯਾਸੀਨ ਮਲਿਕ ਦੀ 9 ਅਗਸਤ 2023 ਕੀ ਯਾਨੀ ਸੁਣਵਾਈ ਦੀ ਅਗਲੀ ਤਰੀਕ ਪਰ ਅਦਾਲਤ ਅੱਗੇ ਹਾਮਤਾਂ ਪੇਸ਼ ਕੀਤਾ ਜਾ ਅੰਨਾ ਇਹਨੇ ਅਦਾਲਤ ਕੀ ਗੁਜ਼ਾਰਿਸ਼ ਕੀਤੀ ਹੈ ਜੇ ਸਾਰਵਜਨਿਕ ਬਬਸਥਾਨ ਤੇ ਸੁਰੱਖਿਆ ਬਰਕਰਾਰ ਰੱਖਣ ਲਈ ਯਾਸੀਨ ਮਲਿਕ ਦੀ ਪੇਸ਼ੀ ਵੀਡੀਓ ਕਾਨਫਰੰਸ ਤੇ ਰਾਇੰਗਾ ਕੀਤੀ ਜਾ ਕਿ ਜੇ ਉਹ ਬੜੇ ਮਤੇ ਖਤਰੇ ਵਾਲੇ ਕੈਦੀਆਂ ਦੀ ਸ਼੍ਰੇਣੀ ਹੈ ਠੰਦਾ ਹੈ ਸੰਸਦ ਚ ਅੱਜ ਵੀ ਮਣੀਪੁਰਨ ਸਾਲੇ ਮਾਮਲੇ ਲਈ ਇਹ ਦੌਨਿ ਸਦਨੀ ਦੀ ਕਾਰਵਾਈs ਠਗਿਤ ਰਹੀ ਵਿਰੋਧੀ ਪਾਰਟੀਆਂ ਪਾਸਿ ਆ ਵਿਰੋਧ ਪ੍ਰਦਰਸ਼ਨ ਤੇ ਅੰਗਾਮਾ ਜਾਰੀ ਰੱਖੇ ਜਾਣ ਦੇ ਚਲਦੇ ਦੌਨਨੇ ਸਦਨs ਠਗਿਤ ਰੇ ਲੋਕ ਸਭਾ ਚ ਕਾਂਗਰਸ ਡੀਐਮਕੇ ਟੀਐਮਸੀ ਜੀਡੀਯੂ ਤੇ ਹੋਰ ਨੇ ਵਿਰੋਧੀ ਪਾਰਟੀਆਂ ਦੇ ਸਦਸੇ ਨਾਰੇ ਲਾਣੇ ਸ਼ੁਰੂ ਕਰੇ ਦਿੱਤੇ ਤੇ ਸਦਨ ਚ ਮਣੀਪੁਰ ਵਾਲੇ ਮਾਮਲੇ ਪਰ ਪ੍ਰਧਾਨ ਮੰਤਰੀਆਂ ਦੇ ਬਿਆਨ ਦੀ ਮੰਗ ਕਰਦੇ ਰਹੇ ਵਿਰੋਧੀ ਸਦਸੇ ਸਦਨ ਚ ਬੜਾ ਮਤਾ ਹੰਗਾਮਾ ਕੀਤਾ ਤੁਆਈ ਰਾਜ ਸਭਾ ਚ ਵੀ ਵਿਰੋਧੀ ਸੰਸਦ ਨੇ ਆਪਣੀ ਮੰਗ ਕੀ ਦੁਹਰਾਇਆ ਤੇ ਨਿਯਮ 267 ਤਹਿਤ ਚਰਚਾ ਦੀ ਮੰਗ ਕੀਤੀ ਜਿਸ ਦੇ ਕੰਨੇ ਸਦਨ ਦਾ ਸਾਰਾ ਕੰਮਕਾਜ ਬਾਦੀ ਤਰਿਆ ਵਿਰੋਧੀ ਸਦਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ ਦੇ ਬਿਆਨ ਦੀ ਮੰਗ ਕੀ ਲਈਏ ਬੜੀ ਮਤੀ ਨਾਰੇਬਾਜ਼ੀ ਕੀਤੀ ਇਹਦੇ ਬਾਅਦ ਵਿਰੋਧੀ ਧੜੇ ਦੇ ਸਦੱਸੀ ਨਾਰੇਬਾਜ਼ੀ ਕਰਦੇ ਹੋਏ ਸਦਨ ਚੋਂ ਬਾਹਰ ਆਏ ਕਿ ਸਦਨ ਦੇ ਨੇਤਾ ਪਿਊਸ਼ ਗੋਇਲ ਹੋਰੇ ਆਖਿਆ ਜੇ ਮਣੀਪੁਰ ਵਾਲਾ ਮੁੱਦਾ ਬੜਾ ਸੰਵੇਦਨਸ਼ੀਲ ਹੈ ਤੇ ਸਰਕਾਰ ਇਹਦੇ ਪਰ ਚਰਚਾ ਕਰਨੇ ਆਸਤੇ ਪੂਰੀ ਚਾਲੀ ਤਿਆਰ ਹੈ ਪਹਿਲ ਕੀ ਜੰਮੂ ਕਸ਼ਮੀਰ ਰਿਆਸਤ ਦੀ ਵਿਸ਼ੇਸ਼ ਦਰਜਾ ਦੇਣ ਵਾਲੀ ਦਫਾ 370 ਕੀ ਖਤਮ ਕੀਤੇ ਜਾਣੇ ਦੇ ਵਿਰੋਧ ਚ ਦਾਇਰ ਯਾਚਿਕਾਵਾਂ ਦੀ ਸੁਣਵਾਈ ਸਰਵੋੱਚ ਅਦਾਲਤਾਂ ਚ ਅੱਜ ਦੂਏ ਦਿਨ ਵੀ ਜਾਰੀ ਰਹੀ ਮੁੱਖ న్యாதிਸ਼ ਡੀ.ਵਾਈ. ਚੰਦਰ ਚੂੜੂੰ ਦੀ ਅਧਿਖਸ਼ਤਾ ਲਈ ਪੰਜੇ ਜੰਜਨ ਦੀ ਸੰਵਿਧਾਨ ਪੀਠ ਇਸ ਯਾਚੀ ਕਾ ਪਰ ਸੁਣਵਾਈ ਕਰਾਤੀ ਹੈ ਜਿਹੜੀ ਸੋਮਵਾਰ ਤੇ ਸ਼ੁੱਕਰਵਾਰ ਕੀ ਛੋੜੀ ਹੈ ਰੋਜ਼ਾ ਦੇ ਰੋਜੋਗ ਬਰੇ 2019 ਚ ਦਫਾ 370 ਕੀ ਖਤਮ ਕੀਤੇ ਜਾਣ ਦੇ ਬਾਅਦ ਸਰਵੋੱਚ ਅਦਾਲਤਾਂ ਚ ਕਈ ਸਾਰੀ ਯਾਚਿਕਾਏਂ ਦੇ ਰਾਹੀਂ ਇਸ ਫੈਸਲੇ ਕੀ ਚੁਣੌਤੀ ਦਿੱਤੀ ਗਈ ਹੈ ਸਰਵੋੱਚ ਅਦਾਲਤ ਅੱਗੇ ਇੱਕ ਅਲਫਨਾਮੇ 'ਚ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ ਫੈਸਲੇ ਦਾ ਸਮਰਥਨ ਕਰਦੀ ਹੋਇਆ ਕਿ ਹੈ ਜਿਸ ਫੈਸਲੇ ਕਨੇ ਜੰਮੂ ਕਸ਼ਮੀਰ ਚ ਵਿਕਾਸਵਾਦ ਦਾ ਤਰੱਕੀ ਸੁਰੱਖਿਆ ਤੇ ਸਥਿਰਤਾ ਯਕੀਨੀ ਬਣੀ ਹੈ। ਕੇਂਦਰ ਸਰਕਾਰ ਨੇ ਫੌਰੀ ਪ੍ਰਭਾਵ ਕਰਨੇ ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰਾਂ ਦੀ ਆਯਾਤ ਪ੍ਰਬੰਧਿਸ਼ਾਂ ਨਾਫਿਜ਼ ਕਰ ਦਿੱਤੀਆਂ। ਇੱਕ ਅਧिसूਚਨਾ 'ਚ ਸਰਕਾਰ ਆਖਿਆ ਜੇ ਇਹਨਾਂ ਚੀਜ਼ਾਂ ਦੀ ਆਯਾਤ ਕਰਨ ਦੀ ਖੁੱਲ੍ਹ ਵੈਧ ਲਾਇਸੈਂਸ ਉਹਨਾਂ ਦੀ ਸੁਰਤਾ ਚ ਦਿੱਤੀ ਜਾਗ। ਉਹਾਂ ਚੜਾਈਕ ਲੈਪਟਾਪ ਟੈਬਲੇਟ ਜਾਂ 올 ਇਨ ਵਨ ਪਰਸਨਲ ਕੰਪਿਊਟਰ ਦੇ ਆਯਾਤ ਲਈ ਕਿਸ਼ ਛੂਟ ਵੀ ਦਿੱਤੀ ਗਈ ਹੈ ਇਹਦੇ ਚ ਈ-ਕਾਮਰਸ ਪੋਰਟਲ ਪਰ ਡਾਕ ਜਾਂ ਕੂਰੀਅਰ ਰਾਹੀਂ ਕੀਤੀ ਗਈ ਖਰੀਦ ਵੀ ਸ਼ਾਮਲ ਹੈ ਸ਼ੋਧ ਤੇ ਵਿਕਾਸ ਸਣੇ ਆਜ਼ਮਾਇਸ਼ ਮਰਮਤ ਤੇ ਵਾਪਸੀ ਤੇ ਪੂੰਜੀਗਤ ਚੀਜ਼ਾਂ ਦੇ ਇੱਕ ਜ਼ਰੂਰੀ ਇਸਿਆਲੀ ਚੀਜ਼ਾਂ ਲਈ ਫੀ ਇਕਾਈ ਬੀ ਚੀਜ਼ਾਂ ਦਾ ਕਰਦੀ ਛੂਟ ਵੀ ਦਿੱਤੀ ਜਾਗ ਸ਼੍ਰੀ ਅਮਰਨਾਥ ਦੀ ਯਾਤਰਾ ਰਮਾਨਦਾਰੀ ਤੇ ਬਵਸਥਾ ਲਟੰਗਾ ਸਰ ਚਲਾ ਕਰਦੀ ਹੈ ਉਹਨਾਂ ਤੱਕ 410000 ਤੋਂ ਸ਼ਰਧਾਲੂਏ ਪਵਿੱਤਰ ਗੁਫਾ ਚ ਬਨੇ ਦੇ ਹਿਮ ਲਿੰਗਮ ਦੇ ਦਰਸ਼ਨ ਕਰੇ ਲਾਤੇ ਦਿਨ ਤੋਇ 1100 ਯਾਤਰੀਆਂ ਦਾ ਇੱਕ ਨਵਾਂ ਜੱਥਾ ਸਖਤ ਸੁਰੱਖਿਆ ਬੰਦੋਬਸਤੇ ਅੱਜ ਜੰਮੂ ਦੇ ਪਗਵਤੀ ਨਗਰ ਵਾਲੇ ਆਧਾਰ ਸ਼ਿਵਰਥਮਾ ਬਲਟਾਲ ਤੇ ਪੈਲਗਾਮ ਲਈ ਰਵਾਨਾ ਹੋਊਗਾ ਰਜौरी ਜ਼ਿਲ੍ਹੇ ਦੇ ਕੋਟਰੰਕਾ ਇਲਾਕੇ ਚ ਪੇਸ਼ ਆਏ ਦੇ ਕਿ ਸੜਕਾ ਹੱਦ ਸੇ ਚ 5 ਲੋਕ ਸਖਮੀ ਹੋਏ ਕੇਨ ਇਹ ਹਾਦਸਾ ਉਸ ਲਈ ਪੇਸ਼ ਆਇਆ ਜਿਸ ਲਈ ਡਰਾਈਵਰ ਦਾ ਗੱਡੀ ਪਰ ਕਾਬੂ ਨਹੀਂ ਰਿਹਾ ਤੇ ਉਹ ਛਿੜਕਿਆ ਸ਼ਾ ਇਹ ਇੱਕ ਖੱਡਾ ਚ ਜਾਈ ਪਈ ਹਾਦਸੇ ਦੇ ਤੁਰਤ ਬਾਅਦ ਰਾਪੂਲਸ ਤੇ ਮਕਾਮੀ ਲੋਕਾਂ ਨੇ ਥਿਿਆਲੀ ਥਾਰ ਪੁੱਜੀ ਹੈ ਜ਼ਖਮੀਆਂ ਨੂੰ ਉਥੋਂ ਬਾਹਰ ਕੱਢਿਆ ਤੇ ਇਲਾਜ ਹਾਸਤੇ ਜ਼ਿਲ੍ਹਾ ਹਸਪਤਾਲ ਰਜੋਰੀ ਭਜਾਇਆ ਜੰਮੂ ਕਸ਼ਮੀਰ ਜੇ ਮੌਸਮ ਅੱਜ ਖੁਸ਼ਕ ਬਣੇਦਾ ਹੈ ਮੌਸਮ ਵਿਭਾਗ ਨੇ ਦੱਸਿਆ ਜੇ ਅਗਲੇ 24 ਘੰਟਿਆਂ ਦਰਾਂ ਮੌਸਮ ਖੁਸ਼ਕ ਗੈਰ ਹੋਗਾ ਤੇ ਕਈ ਥਾਰਾਂ 'ਤੇ ਹਲਕੀ ਬਰਖਾ ਵੀ ਬਰੀ ਸਕਦੀ ਹੈ ਤੋ ਆਈ ਜੰਮੂ ਸ਼੍ਰੀਨਗਰ ਰਾਜ ਸਟੇਟ ਜਰਨਲਿਸਟਾਂ ਲਈ ਛਿੜਕਾ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋ ਗਿਆ